ਹਾਂਜੀ ਤਾਂ ਵੈਲਕਮ ਬੈਕ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਆਈ ਹੋਪ ਵੀਰੋ ਤੁਸੀਂ ਸਾਰੇ ਵਧੀਆ ਹੋਵੋਗੇ ਖੰਡਿਆਵਾ 2 ਨਵੰਬਰ ਤੋਂ ਪਹਿਲਾਂ ਪਹਿਲਾਂ ਆਪਣੇ ਪੇਪਰ ਤੁਸੀਂ ਐਕਟਿਵ ਕਰਵਾਣੇ ਨੇ ਤੇ ਕੰਟੈਕਟ ਕਰ ਲਵੋ ਨਿਕਲਣ ਦੀ ਗਾਰੰਟੀ ਹੋਏਗੀ ਪੇਪਰ ਨਿਕਲ ਆਉਣਗੇ 100% ਤੇ ਜਿਹੜੇ ਜਿਹੜੇ ਵੀਰ ਦੇ ਤੱਕ ਪੇਪਰ ਨਹੀਂ ਨਿਕਲੇ ਏਜੰਟ ਸਿਰਫ ਕਹਾਣੀਆਂ ਕਰਵਾਣ ਦੇ ਆਵੇ ਕਿ ਅੱਜ ਕੱਲ ਅੱਜ ਕੱਲ ਅੱਜ ਕੱਲ ਪੇਪਰ ਨਿਕਲਣਗੇ ਤਾਂ ਜਿੰਨੀ ਦੇਰ ਤੱਕ ਨਾ ਪੇਪਰ ਹੁਣ ਰੀਐਕਟਿਵ ਨਹੀਂ ਹੋਣੇ ਉਹ 9 ਮਹੀਨਿਆਂ ਵਾਲੇ ਨੇ ਸਾਲ ਵਾਲੇ ਨੇ ਡੋਮੈਸਟਿਕ ਨੇ ਐਗਰੀਕਲਚਰ ਵਾਲੇ ਨੇ ਉਹ 18 ਨੂੰ ਭਰੇਗੇ ਨੇ 21 ਨੂੰ 25 ਨੂੰ ਨੋ ਮੈਟਰ ਪੇਪਰ ਰੀਐਕਟਿਵ ਹੋਣਾ ਜ਼ਰੂਰੀ ਨੇ ਪੇਪਰ ਰੀਐਕਟਿਵ ਹੋਣਗੇ ਤਾਂ ਫੇਰ ਹੀ ਅੱਗੂ ਗੱਲ ਟੁਰੇਗੀ ਤੇ ਜੇ ਵੀਰ ਜੀ ਤੁਸੀਂ ਸਿਰਫ ਬੈਠੇ ਰਹੇ ਕਿ ਜੀ ਪੇਪਰ ਓਪਨ ਹੋ ਜਾਨੀ ਕਿ ਏਜੰਟ ਕਹਿੰਦੇ ਆਵੇ ਏਜੰਟ ਨੇ ਵੀਰ ਜੀ ਤੁਹਾਨੂੰ ਪਿਛਲੇ ਪੇਪਰ ਵੀ ਨਹੀਂ ਕਢਵਾਉਂਦੇ ਨੇ ਤੇ ਨਾ ਹੀ ਅਗੂ ਨਵੇਂ ਪੇਪਰ ਪੜਨ ਦੇਣੇ ਨੇ ਮੈਂ ਤੁਹਾਨੂੰ ਕਲੀਅਰ ਗੱਲ ਕਰਨ ਦਿਆਂ ਕਿਸੇ ਵੀ ਏਜੰਟ ਨਾਲ ਤੁਸੀਂ ਇਹ ਗੱਲਬਾਤ ਕਰ ਲਵੋ ਪੱਕੀ ਗੱਲ ਇਹੋ ਆਖੇਗਾ ਜੀ ਬਿਲਕੁਲ ਵੇਟ ਕਰੋ ਪੇਪਰ ਤੁਹਾਡੇ ਨਿਕਲਣਗੇ ਹੀ ਨਿਕਲਣਗੇ ਹਾਲਾਂਕਿ ਜਿਹੜੀ ਕਲੀਅਰ ਗੱਲ ਇਹ ਕੋਈ ਬੰਦਾ ਵੀ ਨਹੀਂ ਤੁਹਾਨੂੰ ਦੱਸੇਗਾ ਕਿ ਜਿਹੜੇ ਪੁਰਾਣੇ ਪੇਪਰ ਅਪਲਾਈ ਹੋਏ ਸਨ ਉਹ ਜੇ ਨਿਕਲਨੇ ਹੁੰਦੇ ਤੇ ਹੁਣ ਤੱਕ ਨਿਕਲ ਜਾਣੇ ਚਾਹੀਦੇ ਸਨ ਕਿਉਂਕਿ ਅੱਗੂ ਨਵੀਂ ਇਮੀਗ੍ਰੇਸ਼ਨ ਓਪਨ ਹੋਈਏ ਮਾਲਕਾਂ ਨੇ ਪੁਰਾਣੇ ਪੇਪਰਾਂ ਨੂੰ ਕੈਨਸਲ ਕਰਵਾ ਕੇ ਤੇ ਅੱਗੂ ਆਪਣੇ ਪੇਪਰਾਂ ਦੇ ਉੱਤੇ ਆਪਣੇ ਨਾਂ ਦੇ ਉੱਤੇ ਨਵੇਂ ਪੇਪਰ ਭਰਨੇ ਨੇ ਤੇ ਇਸੇ ਲਈ ਵੀਰੋ ਜਿਹੜਾ ਵੀਰ ਭਰਾ ਵੀ ਜਿੱਥੋਂ ਵੀ ਵੇਖਣ ਇੰਡੀਆ ਪਾਕਿਸਤਾਨ ਬੰਗਲਾਦੇਸ਼ ਤੋਂ ਉਹਨਾਂ ਦੇ ਪੇਪਰ ਮਾਰਚ ਵਾਲੇ ਹਈ ਤੱਕ ਨਹੀਂ ਨਿਕਲੇ ਉਹਨਾਂ ਦਾ ਨੋਲਾ ਉਸ ਤਾਂ ਨਹੀਂ ਨਿਕਲਿਆ ਉਹ ਆਪਣੇ ਪੇਪਰ ਰੀਐਕਟਿਵ ਕਰਵਾ ਕੇ ਨੋਲਾ ਉਸ ਦਾ ਕਢਵਾ ਸਕਦੇ ਨੇ ਤੇ ਸਾਰੇ ਨਾਲ ਕੰਟੈਕਟ ਕਰ ਲਓ ਥੱਲੇ ਇੰਸਟਾਗ੍ਰam ਦੀ ਆਈਡੀ ਦਾ ਲਿੰਕ ਇੰਸਟਾਗ੍ਰam ਦੀ ਆਈਡੀ ਤੇ ਫਾਲੋ ਕਰ ਲਵੋ ਵੀਡੀਓ ਆਡੀਓ ਕਾਲ ਕਰ ਲਵੋ ਤੁਹਾਨੂੰ ਕਲੀਅਰ ਹਰ ਇੱਕ ਗੱਲ ਦਾ ਖੁੱਲ ਢੁੱਲ ਕੇ ਜਿਹੜਾ ਨਾ ਉਹ ਗੱਲ ਬਾਤ ਤੁਹਾਨੂੰ ਦੱਸ ਦਿੱਤੀ ਜਾਵੇਗੀ